ਦਿਖਾ ਕੋਈ ਨਵੀਂ ਆਈਟਮ ਦਿਖਾਈ ਉਹ ਬੋਲੇ ਇਹ ਬੋਲੇ ਦੇਖੋ ਭਰਾ ਕੀ ਚੱਲਦਾ ਇਹ ਤਾਂ ਤੇਰੇ ਉਹ ਥੱਲੇ ਆਈਡੀਆਂ ਪੈਂਟ ਦੇ ਨਹੀਂ ਨਹੀਂ ਬਾਹਰ ਕੱਢ ਕੇ ਪਾਉਣੀ ਹੈ ਵਾਹ ਸੈਂਟਰ ਲੂਸ ਕੀ ਜਰਾ ਪੀਂਗੇ ਸਣੀ ਸਾਲ ਵੀ ਪਹੁੰਚ ਗਿਆ ਕੰਮ ਤੋਂ ਹੋਰ ਵੀ ਸਣੀ ਸਾਹਿਬ ਠੀਕ ਭਾਈ ਤੂੰ ਤਾਂ ਆਇਆ ਕਹਿੰਦਾ ਚੋਰੀ ਕਰਦਾ ਫੜਿਆ ਗਿਆ ਨਗਰ ਵਿੱਚ ਮੈਂ ਸਮੈਕ ਦੇਸਤਾ ਬੜਾ ਗਿਆ ਪੂਰਾ ਕਵਰ ਹੋਇਆ ਫਰਦਾ ਠੰਡ ਕਿੰਨੀ ਘਾਈ ਠੰਡ ਫਰ ਤੁਹਾਨੂੰ ਦੇਖ ਜੁੜਾ ਹਾਂ ਨਵਾਂ ਲੈ ਗਿਆ ਅੱਜ ਲੱਗਦਾ ਲਾਈਟਾਂ ਆਣੀਆਂ ਤਾਂ ਠੀਕ ਨਹੀਂ ਸੀ ਗੱਲਾਂ ਬਾਤਾਂ ਕਰਾਉਣੇ ਇਹੋ ਜਿਹੇ ਬੰਦਿਆਂ ਨਾਲ ਜਿਹੜੇ ਜਿਹੜੇ ਬੰਦੇ ਇੱਥੇ ਕੰਮ ਕਰਦੇ ਆ ਮਿਹਨਤ ਕਰਦੇ ਕਿਉਂ ਵੀ ਕਿੰਨੇ ਘੰਟੇ ਲਾਏ ਘੰਟੇ ਅੱਜ ਲੱਗ ਗਏ ਆਪਣੇ 12-13 ਘੰਟੇ ਲੱਗ ਗਏ 12-13 ਘੰਟੇ ਟਰੈਕਟਰ ਤੇ ਸੀਗੇ ਹੱਥਾਂ ਵਾਲਾ ਕੰਮ ਸੀ ਅੱਜ ਲੈ ਵੀ ਟਰੈਕਟਰ ਨਾਲ ਸਨੋ ਸਾਫ਼ ਕਰਕੇ ਥੋੜੇ ਨਾਲ ਹੋਰ ਵੀ ਦੋ ਤਿੰਨ ਮੁੰਡੇ ਇਕੱਠੇ ਬਿਠਾ ਕੇ ਆਪਾਂ ਇਹਨਾਂ ਦੀ ਥੋੜੇ ਨਾਲ ਗੱਲਬਾਤ ਕਰਾਵਾਂ ਵੀ ਕਿਵੇਂ ਇੱਥੋਂ ਦਾ ਕੰਮ ਤੁਹਾਨੂੰ ਲੱਗਦਾ ਕਿਵੇਂ ਰਿਹਾ ਕੰਮ ਕਾਰ ਠੀਕ ਹੈ ਮਿਲਦੇ ਜਲਦੀ ਮੁੰਡੇ ਦਿਖਾਵਾਂਗੇ ਪਤਾ ਲੱਗੀ ਅੱਜ ਹਾਂਜੀ ਹੁਣ ਸਾਡਾ ਸੈਕਿੰਡ ਪਾਰਟ ਸ਼ੁਰੂ ਹੋ ਗਿਆ ਬਸ ਐਂ ਆਪਣੇ ਨਾਲ ਚੈਨਲ ਨਾਲ ਜੁੜੇ ਰਹੋ ਜੇ ਆਪਾਂ ਅੱਗੇ ਦੀ ਅੱਗੇ ਥੋੜੇ ਨਾਲ ਗੱਲਾਂ ਬਾਤਾਂ ਕਰਦੇ ਰਿਹਾ ਕਰਾਂਗੇ ਤੁਹਾਨੂੰ ਸਵੀਡਨ ਬਾਰੇ ਜਾਣਕਾਰੀ ਦਿੰਦੇ ਰਿਹਾ ਕਰਾਂਗੇ ਵੀ ਕਿਹੜੇ ਕੰਮ 'ਚ ਕਿੰਨੀ ਕਮਾਈ ਆ ਹੁਣ ਇੱਕ ਬੰਦਾ ਮੈਨੂੰ ਪੁੱਛਦਾ ਸੀਗਾ ਯਾਰ ਵੀ ਜੇ ਮੈਨੂੰ ਸਲੂਨ ਦਾ ਕੰਮ ਆਉਂਦਾ ਹੋਵੇ ਤਾਂ ਮੈਨੂੰ ਕੰਮ ਮਿਲ ਜੂਗਾ ਇੱਥੇ ਬਿਲਕੁਲ ਅਤੇ ਸਲੂਨ ਦਾ ਤਾਂ ਯਾਰ ਜੀ ਹੁਣ ਜੇ ਦੇਖੀਏ ਆਪਣੇ ਘਰਾਂ ਦੇ ਵਿੱਚ ਹੁਣ ਮੰਨ ਲਓ ਜੇ ਚਾਰ ਮੁੰਡੇ ਰਹਿੰਦੇ ਆ ਅਤੇ ਤਿੰਨਾਂ ਦੇ ਤਾਂ ਮੁੰਨੇ ਹੀ ਹੁੰਦੇ ਆ ਮੋਟੀ ਜੀਰੋ ਲਾਉਣੀ ਕਿ ਇੱਕ ਲਾਉਣੀ ਕਿ ਦੋ ਲਾਉਣਾ ਫਿਰ ਤਾਂ ਹੀ ਸਿਸਟਮ ਚੱਲੂਗਾ ਠੀਕ ਹੈ ਤੇ ਦੂਜਾ ਬਈ ਜਦੋਂ ਵੀ ਇੱਥੇ ਕਿਸੇ ਨੇ ਆਉਣਾ ਸਵੀਡਨ ਦੇ ਵਿੱਚ ਤੇ ਇਹ ਬੰਦਾ ਸੋਚ ਕੇ ਨਾ ਆਇਆ ਕਰੋ ਵੀ ਸਾਨੂੰ ਉੱਥੇ ਕੰਮ ਮਿਲ ਜੂਗਾ ਹਨਾ ਜਿਹੜੀਆਂ ਵੱਡੀਆਂ ਕੰਟਰੀਆਂ ਹੁੰਦੀਆਂ ਚਾਹੇ ਕੋਈ ਜਰਮਨ ਜਾਵੇ ਜਾਂ ਕੋਈ ਕਿਸੇ ਵੀ ਕੰਟਰੀ ਆਪਾਂ ਵੱਡੀਆਂ ਦਾ ਨਾਂ ਲੈਂਦੇ ਜਿੱਦਾਂ ਸਵਿਟਜ਼ਰਲੈਂਡ ਆ ਡੈਨਮਾਰਕ ਨਾਰਵੇ ਆ ਇਹਨਾਂ ਕੰਟਰੀਆਂ 'ਚ ਕੋਈ ਕੰਮ ਦੀ ਕਮੀ ਨਹੀਂ ਹੁੰਦੀ ਗੀ ਇਹ ਨਾ ਸੋਚਿਆ ਕਰੋ ਵੀ ਉੱਥੇ ਕਿੰਨੇ ਕੁ ਪੈਸੇ ਬਣਦੇ ਆ ਕਈ ਵਾਰ ਇੱਦਾਂ ਹੁੰਦਾ ਵੀ ਦੋ ਚਾਰ ਦਿਨ ਆ ਕੇ ਬਹਿਣਾ ਵੀ ਪੈਂਦਾ ਵੀ ਬੰਦੇ ਪੈ ਜਾਂਦੇ ਕਾਲੇ ਪੈ ਜਾਂਦੇ ਆ ਸਹੀ ਗੱਲ ਤੇ ਇਹ ਜੇ ਇਹਨਾਂ ਕੰਟਰੀਆਂ 'ਚ ਵੀ ਕੰਮ ਹੈ ਨਹੀਂ ਗਾ ਤਾਂ ਫਿਰ ਕਹਿ ਲਓ ਵੀ ਸਾਰੇ ਯੂਰਪ 'ਚ ਹੀ ਕੰਮ ਹੈ ਜੇ ਇਹਨਾਂ ਕੰਟਰੀਆਂ 'ਚ ਕੰਮ ਹੈ ਨਹੀਂ ਗਾ ਹੁਣ ਜਿਹੜੇ ਬੰਦੇ ਇੱਥੇ 3-3 ਹਜ਼ਾਰ ਯੂਰੋ ਕਮਾਈ ਜਾਂਦੇ ਆ 2-2 ਹਜ਼ਾਰ ਤਾਂ ਚੱਲ ਨੋਰਮਲ ਸਾਰੇ ਕਮਾਉਂਦੇ ਹੀ ਆ ਤੇ ਉੱਥੇ ਕੰਮ ਹੈਗਾ ਤਾਂ ਹੀ ਉਹ ਬੰਦੇ ਕਮਾਉਂਦੇ ਆ ਤੇ ਜੇ ਕੰਮ ਨਾ ਹੋਵੇ ਤਾਂ ਫਿਰ ਕਿੱਥੋਂ ਹੁਣ ਇੰਨੇ ਕਮਾਏ ਜਾਣ ਤੇ ਇਸ ਕਰਕੇ ਆਪਦਾ ਜਿਹੜੀ ਕੰਟਰੀ ਬਾਰੇ ਤੁਸੀਂ ਸੋਚ ਲੈਂਦੇ ਹੁੰਦੇ ਨਾ ਵੀ ਆਹ ਕੰਟਰੀ ਦੇ ਵਿੱਚ ਮੈਂ ਜਾਣਾ ਪਰ ਉੱਥੇ ਪਹੁੰਚ ਜਾ ਕਰੋ ਤੇ ਪਹੁੰਚ ਕੇ ਜਦੋਂ ਉੱਥੇ ਪਹੁੰਚ ਜਾਓਗੇ ਤੇ ਫਿਰ ਦੇਖੋ ਆਪਦੇ ਬਾਰੇ ਤੁਸੀਂ ਕਿਸੇ ਨੂੰ ਦੱਸੋਗੇ ਜੇ ਬਈ ਮੇਰੇ ਕੋਲ ਕੰਮ ਹੈ ਨਹੀਂ ਗਾ ਤੇ ਫਿਰ ਕੋਈ ਨਾ ਕੋਈ ਬੰਦਾ ਹੈਲਪ ਕਰ ਹੀ ਦਿੰਦਾ ਹੁੰਦਾ ਤੇ ਫਿਰ ਕੰਮ ਲਵਾ ਹੀ ਦਿੰਦੇ ਹੁੰਦੇ ਦੂਜੀ ਗੱਲ ਇਹ ਵੀ ਸਪੀਡ ਦੇ ਵਿੱਚ ਕੀ ਮਾਲਕ ਰੱਖਦੇ ਮਹੀਨੇ ਵੀ ਸਰਦੀਆਂ ਥੱਲੇ ਕੀ ਬੰਦੇ ਦਾ ਸਰਕਲ ਆਉਂਦਾ ਆਪਣਾ 3 ਮਹੀਨਿਆਂ ਦਾ ਬਾਅਦ ਸੈਟਿੰਗ ਆਉਂਦੀ ਬੰਦੇ ਦੀ ਆ ਕੇ ਕੀ ਬੰਦੇ ਸੋਚਦੇ ਪਿੰਡ ਸੱਟੇ ਸੈਟਿੰਗ ਨਹੀਂ ਆਉਂਦੀ ਬੰਦੇ ਦੀ ਸਹੀ ਗੱਲ ਹੈ ਕਈ ਵਾਰੀ ਆਉਂਦੇ ਹੀ ਸੈਟਿੰਗ ਨਹੀਂ ਆਉਂਦੀ ਬੰਦੇ ਕਈ ਪੈ ਜਾਂਦੇ ਕਾਲੇ ਜਿਵੇਂ ਹੁਣ ਐਤਕੀ ਸਨੋਹ ਦਾ ਹੀ ਲਾ ਲਓ ਸਨੋਹ 6 ਦੀ ਪੈ ਗਈ ਹੈ ਤੇ ਹੁਣ ਲੋਕਾਂ ਨੇ ਮਿਲਣ ਦਾ ਕਿੰਨੇ ਕਿੰਨੇ ਘੰਟੇ ਲੱਗ ਗਏ ਹੋਣੇ ਘੰਟੇ ਲੱਗ ਹੀ ਗਏ ਸਸ਼ੀ ਮੈਂਬਰ ਅੱਜ ਲੈ ਲਓ ਤਿੰਨ ਦਿਨ ਸਨੋਹ ਪਈ 3-4 ਦਿਨ ਤੇ ਬੰਦੇ 100-100 ਘੰਟੇ ਨੂੰ ਪਹੁੰਚ ਵੀ ਗਏ ਆ ਦੇਖ ਲਓ ਤੇ ਜਿਹੜੇ ਬੰਦੇ ਨੇ 100 ਘੰਟਾ ਲਾ ਲਿਆ ਉਹਨੇ 15,000 ਕਰੋੜ ਕਮਾ ਲਿਆ ਕਹਿ ਲਓ 10,000 ਤੋਂ ਉੱਤੇ ਉੱਤੇ ਉਹਨੇ ਕਮਾ ਲਿਆ ਜਿਹਨੇ 100 ਘੰਟਾ ਲਾ ਲਿਆ ਤੇ 3 ਦਿਨਾਂ ਦੇ ਵਿੱਚ ਵਿੱਚ ਹੀ ਦੇਖ ਲਓ 1,000 ਯੂਰੋ ਇਹ ਚੀਜ਼ ਆ ਵੀ ਕਈ ਵਾਰੀ ਕਿਸਮਤ ਹੁੰਦੀ ਆ ਵੀ ਜਿਹਨੂੰ ਹੁਣ ਕੋਈ ਵੀ ਐਕਸਪੀਰੀਅੰਸ ਹੈ ਨਹੀਂ ਜਾਂ ਜਿਹਨੂੰ ਕੋਈ ਕੁਛ ਵੀ ਹੈ ਨਹੀਂ ਜਿਹਦੇ ਕੋਲ ਕੰਮ ਹੈ ਨਹੀਂ ਹਨਾ ਤੇ ਜਦੋਂ ਮੰਨ ਲਓ ਸਨੋਹ ਪੈਂਦੀ ਹੈ ਉਦੋਂ ਫਿਰ ਜਿਹੜੇ ਜਮਾਂ ਵਿਹਲੇ ਆ ਨਾ ਨਿਕੰਮੇ ਬੰਦੇ ਨਾਗੀ ਪੂਰੇ ਕਰਨੇ ਹੁੰਦੇ ਆ ਇੱਕ ਵਾਰੀ ਕੀ ਹੋਇਆ ਵੀ ਪਿਛਲੀ ਵਾਰੀ ਨਾ ਅਸੀਂ ਗਏ ਇੱਕ ਬੰਦੇ ਨਾਲ ਕੰਮ ਤੇ ਉਹ ਕਹਿੰਦਾ ਨਾ ਬੰਦੇ ਸੀਗੇ ਯਾਰ ਉਹ ਪੰਜਾਬ ਦੇ ਵੀ ਨਹੀਂ ਸੀ ਹਰਿਆਣੇ ਦੇ ਵੀ ਨਹੀਂ ਸੀ ਉਹ ਇੱਧਰ ਸੀਗੇ ਸਾਊਥ ਸੂਥ ਦੇ ਤੇ ਸਾਡੇ ਨਾਲ ਉਂਝ ਹੀ ਭੇਜਤੇ ਉਹ ਕਹਿੰਦੇ ਜੀ ਇਹ ਕੰਮ ਕਰਨਗੇ ਜ਼ਿੰਮੇਵਾਰੀਆਂ ਸਾਡੇ ਕੇ ਸਾਨੂੰ ਦੇ ਦਿੱਤੀਆਂ ਵੀ ਤੁਸੀਂ ਧਿਆਨ ਰੱਖਣਾ ਵੀ ਜੇ ਉਹ ਰਹਿ ਗਈ ਸਨੋ ਤੇ ਤੁਹਾਡੀ ਜ਼ਿੰਮੇਵਾਰੀ ਵੀ ਰਹਿਣੀ ਨਹੀਂ ਚਾਹੀਦੀ
ਜੇ ਕੰਪਲੇਂਟ ਆ ਗਈ ਤਾਂ ਸੀਗਾ ਵੀ ਠੀਕ ਆ ਸੀਗਾ ਬੰਦੇ ਸਾਰੇ ਵੀ ਆਪਣੇ ਦੇਸੀ ਮੁੰਡੇ ਹੈਗੇ ਵੀ ਕਰ ਹੀ ਲੈਣਗੇ ਇਹਦਾ ਕੰਮ ਤਾਂ ਅਸੀਂ ਗਏ ਵੀ ਉਹ ਮੁੰਡਾ ਭਰਾਵਾ ਕੀ ਕਰਿਆ ਕਰੇ ਉੱਤੇ ਉੱਤੇ ਬੜਾ ਜਿਹਾ ਫੇਰਦਾ ਗਿਆ ਕੀ ਕਹਿੰਦੇ ਉਹਨਾਂ ਨੂੰ ਬੇਲਚਾ ਜਿਹਾ ਬੇਲਚਾ ਉਹ ਉੱਤੇ ਉੱਤੇ ਫੇਰਦਿਆ ਕਰੇ ਅਸੀਂ ਉਹਨਾਂ ਕੰਮ ਆਪ ਕਰਿਆ ਕਰੀਏ ਤੇ ਉਹਨਾਂ ਸਾਨੂੰ ਉਹਦਾ ਕਰਨਾ ਪਿਆ ਕਰੇ ਫਿਰ ਉਹਨੂੰ ਵੇਖਣ ਜਾਇਆ ਕਰੀਏ ਵੀ ਉਹਨੇ ਕੀਤਾ ਤੇ ਕੀ ਫਿਰ ਕੀਤਾ ਇੱਕ ਦੋ ਜਣੇ ਨੇ ਉਹਦੇ ਪਿੱਛੇ ਤੁਰੇ ਫਿਰਿਆ ਕਰਨਾ ਹਿਸਾਬ ਲਾਇਆ ਵੀ ਕਈ ਬੰਦੇ ਬਸ ਨਾਗੀ ਪੂਰੇ ਕਰਦੇ ਆ ਵੀ ਪੰਜ ਬੰਦੇ ਭੇਜਤੇ ਛੇ ਬੰਦੇ ਭੇਜਤੇ ਹਨ ਤੇ ਕਈਆਂ ਨੂੰ ਆਉਂਦਾ ਹੁੰਦਾ ਕਈਆਂ ਨੂੰ ਨਹੀਂ ਆਉਂਦਾ ਹੁੰਦਾ ਗਾ ਤੇ ਜਿਨ੍ਹਾਂ ਨੂੰ ਆਉਂਦਾ ਤੇ ਸਾਰਾ ਕੰਮ ਉਹਨਾਂ ਦੇ ਸਿਰ ਤੇ ਹੀ ਮੜਦਾ ਪੈ ਜਾਂਦਾ ਫਿਰ ਜਦੋਂ ਕੰਪਲੇਂਟ ਆਉਂਦੀਆਂ ਹਨ ਤੇ ਇਸ ਕਰਕੇ ਬਈ ਇਹ ਗੱਲ ਮੈਂ ਤਾਂ ਕਹਿੰਦਾ ਵੀ ਜਿਹੜੇ ਬੰਦੇ ਜਮਾ ਨਿਕੰਮੇ ਹੁੰਦੇ ਆ ਉਹਨਾਂ ਨੂੰ ਵੀ ਕੰਮ ਮਿਲ ਜਾਂਦਾ ਵੀ ਜਿਹੜੇ ਸਨੀ ਸਾਹਿਬ ਸਪੀਡ ਤੇਰੀ ਵੀ ਚੰਗੀ ਸੁਣੋ ਉਹਦੇ ਕੰਮ ਦੀ ਕਾਹਦਾ ਕੰਮ ਬਰਫ਼ ਉਠਾਈ ਹੈ ਵੀਹ ਘੰਟੇ ਬੀਸ ਘੰਟੇ ਸਾਧ ਵੀ ਮਾਰੀ ਹੈ ਕਮਜ਼ੋਰੀ ਆ ਗਈ ਪਹਿਲੇ ਸੇ ਥੋੜੀ ਸੀ ਠੀਕ ਹੋ ਜਾਏਗਾ ਰੋਟੀ ਖਾਊਂਗਾ ਠੀਕ ਹੋ ਜਾਏਗਾ ਹਾਂਜੀ ਕਿੱਦਾਂ ਫਿਰ ਤੂੰ ਤਾਂ ਹੋ ਗਿਆ ਤਗੜਾ ਉਹੀ ਕਹਿੰਦਾ ਇਹ ਪੈਕ ਲੈ ਆਉਂਦਾ ਉਹਦੇ ਕਾਜੂਆਂ ਕੁਜੂਆਂ ਦਾ ਮਿਕਸ ਦਾ ਉਹੀ ਚੱਬੀ ਜਾਂਦਾ ਕਿੱਦਾਂ ਜਾਣਾ ਹੁਣ ਬਰਫ਼ ਦੇ ਕੰਮ ਤੇ ਕੱਲ ਨੂੰ ਨਿਕਲ ਆਉਣਾ ਕੰਮ ਬਰਫ਼ ਦਾ ਇਹ ਕਿਹਦੇ ਨਾਲ ਜਾਂਦਾ ਹੁਣ ਬੰਦਾ ਭੇਜੀ ਦਾ ਰੱਬ ਰੱਬਦੀ ਨੇ ਉਹਦੇ ਨਾਲ ਲਓ ਵੀ ਠੀਕ ਹੈ ਜੀ ਅੱਜ ਦੀਆਂ ਗੱਲਾਂ ਬਾਤਾਂ ਇੰਨੀਆਂ ਬਹੁਤ ਆ ਤੇ ਹੁਣ ਆਪਾਂ ਤੁਹਾਨੂੰ ਅੱਗੇ ਫਿਰ ਮਿਲਦੇ ਹਾਂ ਖੁਦ ਦੇ ਆਪਣੇ ਕੰਟਰੈਕਟ ਹੋ ਗਏ